ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਤੁਹਾਨੂੰ ਇੱਕ ਐਸੀ ਨਿਊਜ਼ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡਾ ਦਿਲ ਧੜਕਣ ਲੱਗ ਜਾਏਗਾ, ਅਤੇ ਜਿਹੜੇ ਜ਼ੀਰੋ ਮੂਵੀ ਦੇ ਫੈਨਸ ਨੇ ਉਹ ਵੀ ਬਹੁਤ ਧੜਕਣ ਲੱਗ ਜਾਣਗੇ। ਤੁਸੀਂ ਪੋਸਟਰ ਦੇਖ ਕੇ ਪਹਿਚਾਣ ਹੀ ਲਿਆ ਹੋਏਗਾ ਕਿ ਜ਼ੀਰੋ ਮੂਵੀ ਇਨ ਟ੍ਰਬਲ, ਮਤਲਬ ਜ਼ੀਰੋ ਮੂਵੀ ਇਸ ਟਾਈਮ ਫਸੀ ਹੋਈ ਹੈ ਅਤੇ ਉਹ ਟ੍ਰਬਲ ਵਿੱਚ ਹੈ। ਕਿਉਂ ਹੈ ਇਹ ਤੁਹਾਨੂੰ ਅੱਗੇ ਵੀਡੀਓ 'ਚ ਦੱਸਾਂਗੇ। ਹੋਇਆ ਐਵੇਂ ਸੀ ਕਿ ਜ਼ੀਰੋ ਪੋਸਟਰ, ਜ਼ੀਰੋ ਦਾ ਪੋਸਟਰ ਸੀ, ਉਹਦੇ ਵਿੱਚ ਸ਼ਾਹਰੁਖ ਨੇ ਜਿਹੜੀ ਕਿਰਪਾਨ ਪਾਈ ਸੀ ਉਹ ਨੰਗੀ ਕਿਰਪਾਨ ਸੀ, ਨਾਲੇ ਉਹਨੇ ਨੋਟਾਂ ਦਾ ਹਾਰ ਵੀ ਪਾਇਆ ਹੋਇਆ ਸੀ, ਜਿਹੜਾ ਕਿ ਦਿੱਲੀ ਕਮੇਟੀ ਅਤੇ ਹੋਰ ਕਈ ਸ਼ਹਿਰਾਂ ਦੀ ਗੁਰਦੁਆਰਾ ਕਮੇਟੀ ਨੂੰ ਬਹੁਤ ਗਲਤ ਲੱਗਾ ਅਤੇ ਇਸ ਨਾਲ ਉਹਨਾਂ ਨੂੰ ਠੇਸ ਵੀ ਪਹੁੰਚੀ। ਇਹ ਤੁਹਾਨੂੰ ਹੁਣ ਆਪਾਂ ਪੋਸਟਰ ਦਿਖਾ ਦੇਵਾਂਗੇ ਕਿ ਸ਼ਾਹਰੁਖ ਨੇ ਪਾਈ ਹੋਈ ਸੀ ਅਤੇ ਕਿਉਂ ਪਾਈ ਹੋਈ ਸੀ। ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ 'ਤੇ ਅਨੁਰੋਧ ਲਗਾਇਆ ਹੈ ਅਤੇ ਪੋਸਟਰ ਨੂੰ ਬੈਨ ਕਰਨ ਦੀ ਗੱਲ ਦੱਸੀ ਗਈ ਹੈ। ਇਹ ਸਾਰੀ ਰਿਸਰਚ ਇੰਟਰਨੈਟ ਰਿਸਰਚ ਹੈ, ਕੋਈ ਵੀ ਚੀਜ਼ ਐਕੂਰੇਟ ਨਹੀਂ ਹੋ ਸਕਦੀ ਅਤੇ ਹੋ ਵੀ ਸਕਦੀ ਹੈ। ਇਹ ਪੋਸਟਰ ਦੇਖ ਲਓ, ਜਿਵੇਂ ਤੁਹਾਨੂੰ ਪਤਾ ਲੱਗੇਗਾ ਕਿ ਸ਼ਾਹਰੁਖ ਨੇ ਕਿਰਪਾਨ ਪਾਈ ਹੋਈ ਹੈ ਅਤੇ ਉਸ ਦੇ ਉੱਤੇ ਨੋਟਾਂ ਦਾ ਹਾਰ ਪਾਇਆ ਹੋਇਆ ਹੈ। ਇਸ ਕਰਕੇ ਤੁਹਾਨੂੰ ਦੱਸ ਰਿਹਾ ਕਿ ਜ਼ੀਰੋ ਮੂਵੀ ਦੇ ਜਿਹੜੇ ਫੈਨਸ ਨੇ ਉਹਨਾਂ ਨੂੰ ਬਹੁਤ ਠੇਸ ਪਹੁੰਚੀ ਕਿ ਸ਼ਾਹਰੁਖ ਨੇ ਐਵੇਂ ਕਿਵੇਂ ਕਰ ਲਿਆ, ਅਤੇ ਇਹਨਾਂ ਸ਼ਾਹਰੁਖ ਨੇ ਵੀ ਬਿਲਕੁਲ ਧਿਆਨ ਨਹੀਂ ਦਿੱਤਾ ਨਾ ਇਸ ਦੀ ਟੀਮ ਨੇ ਕਿ ਗੁਰਦੁਆਰੇ ਦੀ ਚੀਜ਼ ਜਿਹੜੀ ਆਪਣੀ ਕਿਰਪਾਨ ਹੈ, ਆਪਣੀ ਨਿਸ਼ਾਨੀ ਹੈ, ਉਸਨੂੰ ਮਜ਼ਾਕੀਏ ਤੌਰ ਨਾਲ ਲਿਆ ਅਤੇ ਸਿੱਖ ਪ੍ਰਬੰਧਕ ਕਮੇਟੀ ਨੂੰ ਬਹੁਤ ਬੁਰਾ ਲੱਗਾ ਅਤੇ ਉਹਨਾਂ ਨੂੰ ਠੇਸ ਵੀ ਪਹੁੰਚੀ। ਅਤੇ ਇਸ ਕਰਕੇ ਤੁਹਾਨੂੰ ਦੱਸ ਦਈਏ ਕਿ ਹੋਰ ਨਿਊਜ਼ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਦ ਹਰਸੁਖ ਪ੍ਰੋਡਕਸ਼ਨ, ਸ਼ੇਅਰ